ਹਾਂਜੀ ਘਰ ਹੀ ਫੂਕਤਾ ਹੈ, ਇਹਨੂੰ ਘਰ ਚਿੰਤਾ ਨਹੀਂ ਸੀ, ਇਹਨੇ ਆਸ਼ਕੀ ਬਦਲੇ ਕੀਤਾ ਸਾਰਾ ਕੁਛ। ਮੇਰੀ ਧੀ ਮਟਿਆਰ ਆ, ਮੈਂ ਤਾਂ ਦਾਜ ਬਣਾਇਆ ਸੀ, ਉਹ ਵੀ ਇਹਨੇ ਸਾੜਤਾ ਹੈ। ਜਨਾਨੀ ਪੈਸਾ ਹੀ ਮੰਗੀ ਜਾਂਦੀ, ਪੈਸੇ ਮੰਗੀ ਜਾਂਦੀ, ਮੈਨੂੰ ਪੈਸਾ ਲੈ ਕੇ ਦੇ, ਮੈਨੂੰ ਥਾਂ ਥਾਂ ਲੈ ਕੇ ਦੇ, ਇੱਥੋਂ ਤੱਕ ਅਸੀਂ ਗਰੀਬ ਘਰ ਹਾਂ, ਰੁਚੀ ਕਿੱਥੋਂ ਦੇਜੇਗੀ। ਕਹਿੰਦੀ ਆਪਦੇ ਬੱਚਿਆਂ ਨਾਲ ਤੂੰ ਗੱਲ ਨਹੀਂ ਕਰਨੀ ਫੋਨ ਤੇ, ਨਾ ਤੂੰ ਘਰੇ ਜਾਣਾ, ਨਾ ਤੂੰ ਰੋਟੀ ਪਾਣੀ ਖਾਣਾ। ਸੜਿਆ ਹੋਇਆ ਘਰ ਤੇ ਸਵਾਹ ਦੀ ਢੇਰ ਹੋਇਆ ਸਮਾਨ, ਇਹ ਤਸਵੀਰਾਂ ਉਸ ਘਰ ਦੀਆਂ ਨੇ ਜਿਸ ਨੂੰ ਅੱਗ ਕਿਸੇ ਬਾਹਰ ਵਾਲੇ ਨੇ ਨਹੀਂ ਬਲਕਿ ਇਸ ਘਰ ਦੇ ਆਪਣੇ ਹੀ ਮਾਲਕ ਨੇ ਲਾਈ ਹੈ। ਜੀ ਹਾਂ, ਇੱਥੇ ਪਤਨੀ ਨੇ ਦੱਸਿਆ ਹੈ ਕਿ ਪਤੀ ਦੇ ਕਿਸੇ ਦੂਸਰੀ ਔਰਤ ਨਾਲ ਨਜਾਇਜ਼ ਸੰਬੰਧ ਨੇ। ਉਸੇ ਦੇਸ਼ ਵਿੱਚ ਅੰਨੇ ਹੋਏ ਪਤੀ ਦੇ ਵੱਲੋਂ ਪਹਿਲਾਂ ਤਾਂ ਪਰਿਵਾਰ ਦੀ ਕੁੱਟਮਾਰ ਕੀਤੀ ਗਈ ਤੇ ਫਿਰ ਆਪਣੇ ਹੀ ਘਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ, ਸਾਰਾ ਸਮਾਨ ਫੂਕ ਦਿੱਤਾ। ਪਤਨੀ ਤੇ ਬੱਚੇ ਸਾਹਮਣੇ ਦੇਖ ਦੇਖ ਕੇ ਬਸ ਰੋਂਦੇ ਰਹਿ ਗਏ। ਇਹ ਸਿਰਫ ਇਹ ਆਸ਼ਿਕ ਕੁਲਦੀਪ ਦੀ ਪਤਨੀ ਕਰਮਜੀਤ ਨੇ ਦੱਸਿਆ ਹੈ ਕਿ ਉਸਦੇ ਪਤੀ ਦੇ ਕਿਸੇ ਹੋਰ ਔਰਤ ਨਾਲ ਨਜਾਇਜ਼ ਸੰਬੰਧ ਨੇ। ਉਹ ਜੋ ਵੀ ਕਮਾਈ ਕਰਦਾ ਹੈ ਦੂਜੀ ਔਰਤ ਨੂੰ ਹੀ ਦਿੰਦਾ ਹੈ, ਘਰੇ ਬੱਚਿਆਂ ਨੂੰ ਤੇ ਪਤਨੀ ਨੂੰ ਪੁੱਛਦਾ ਤੱਕ ਨਹੀਂ ਹੈ। ਇਸੇ ਲਈ ਉਸ ਨੂੰ ਰੋਕਿਆ ਜਾਂਦਾ ਸੀ, ਜਿਸ ਕਰਕੇ ਕਈ ਵਾਰ ਇਹਨਾਂ ਦਾ ਝਗੜਾ ਵੀ ਹੋਇਆ। ਇਸ ਵਾਰ ਝਗੜਾ ਇੰਨਾ ਵੱਧ ਗਿਆ ਕਿ ਗੁੱਸੇ ਵਿੱਚ ਆਏ ਇਸ ਪਤੀ ਨੇ ਅਤੇ ਦੂਜੀ ਔਰਤ ਦੇ ਸਿਰਫ ਆਸ਼ਿਕ ਨੇ ਆਪਣੇ ਹੀ ਘਰ ਨੂੰ ਅੱਗ ਲਗਾ ਦਿੱਤੀ। ਬੱਚਿਆਂ ਦੀ ਕੁੱਟਮਾਰ ਕੀਤੀ, ਪਤਨੀ ਦੀ ਕੁੱਟਮਾਰ ਕੀਤੀ ਤੇ ਫਿਰ ਸਾਰਾ ਘਰ ਫੂਕ ਦਿੱਤਾ। ਇਹ ਮਾਮਲਾ ਫਿਰੋਜ਼ਪੁਰ ਦੇ ਪਿੰਡ ਬਸਤੀ ਪ੍ਰੀਤਮ ਸਿੰਘ ਵਾਲਾ ਦਾ ਹੈ, ਜਿੱਥੋਂ ਦਾ ਰਹਿਣ ਵਾਲਾ ਇਹ ਪਰਿਵਾਰ ਹੈ ਤੇ ਇਸੇ ਹੀ ਪਰਿਵਾਰ ਦੇ ਵਿੱਚ ਇਸ ਪਤੀ ਨੇ ਆਪਣੇ ਹੀ ਆਸ਼ਿਆਨੇ ਨੂੰ ਅੱਗ ਦੀ ਭੇਟ ਚੜਾ ਦਿੱਤਾ, ਉਸਨੂੰ ਅੱਗ ਲਾ ਕੇ ਫੂਕ ਦਿੱਤਾ। ਸਮਾਨ ਦੇਖ ਦੇਖ ਕੇ ਰੋਂਦੇ ਪਤਨੀ ਤੇ ਬੱਚੇ ਗੁਹਾਰ ਲਗਾ ਰਹੇ ਨੇ ਕਿ ਹੁਣ ਉਹਨਾਂ ਦੀ ਬਾਤ ਕੌਣ ਪੁੱਛੇਗਾ। ਪਤਨੀ ਦਾ ਕਹਿਣਾ ਹੈ ਕਿ ਸਾਰਾ ਸਮਾਨ ਜੋ ਸੜਿਆ ਹੈ ਉਸਦੇ ਦਾਜ ਵਿੱਚ ਆਇਆ ਸੀ ਤੇ ਉਸਨੇ ਆਪਣੇ ਵਿਆਹ ਤੇ ਹੀ ਬਣਾਇਆ ਸੀ, ਜੋ ਹੁਣ ਸੜ ਕੇ ਪੂਰੀ ਤਰ੍ਹਾਂ ਦੇ ਨਾਲ ਸਵਾਹ ਹੋ ਗਿਆ। ਇੱਥੇ ਪਤਨੀ ਦੇ ਵੱਲੋਂ ਹੁਣ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਤੇ ਮੇਰੇ ਕੁਲਦੀਪ ਸਿੰਘ ਹਸਬੈਂਡ, ਉਹਨਾਂ ਦਾ ਨਜਾਇਜ਼ ਸੰਬੰਧ ਫਰੀਦਕੋਟ ਦੇ ਰਹਿਣ ਵਾਲੀ ਔਰਤ ਸੀ ਪਰਮਜੀਤ ਕੌਰ, ਉਹਨਾਂ ਨਾਲ ਸੀ। ਉਹ ਵੀ ਮਤਲਬ ਗੱਲਬਾਤ ਕਰਦੇ ਸੀ, ਮੈਂ ਉਹਨਾਂ ਨੂੰ ਰੋਕਦੀ ਰਹੀ ਹਾਂ ਕਿ ਤੁਸੀਂ ਇਹ ਕੰਮ ਨਾ ਕਰੋ, ਆਪਣੀ ਧੀ ਪੁੱਤ ਵੀ ਮਤਲਬ ਗੱਭਰੂ, ਉਹਨਾਂ 'ਤੇ ਵੀ ਅਸਰ ਮਾੜਾ ਪਊਗਾ। ਇਹਨਾਂ ਨੇ ਮੇਰੇ ਕੁਛ ਨਾ ਮੰਨੇ। ਉਸ ਤੋਂ ਬਾਅਦ ਇਹ ਸੀਜ਼ਨ ਲਾਉਣ ਗਏ ਚਲੇ, ਚਲੋ ਮੈਂ ਕਿਹਾ ਹਟ ਜਾਣਗੇ। ਇਹਨਾਂ ਨੇ ਸਾਰਾ ਪੈਸਾ ਉਹਨਾਂ ਨੂੰ ਖਵਾਤਾ, ਘਰੇ ਸਾਨੂੰ ਕੋਈ ਖਰਚਾ ਨਹੀਂ ਦਿੱਤਾ ਗਾ। ਉਹ ਖਰਚਾ ਦੇ ਕੇ ਉਸ ਤੋਂ ਬਾਅਦ ਫਿਰ ਜਿਨ੍ਹਾਂ ਨੇ 10,000 ਰੁਪਇਆ ਪਵਾਇਆ, ਫਿਰ ਉਸ ਤੋਂ ਬਾਅਦ ਕਹਿੰਦੀ ਮੈਨੂੰ ਹੋਰ ਪੈਸੇ ਚਾਹੀਦੇ ਆ। ਉਹ ਇਹਨੇ ਮੁੜ ਕੇ ਇੱਥੇ LED ਮੰਗੀ, ਮੈਨੂੰ ਕਹਿੰਦੇ LED ਦੇ ਮੈਨੂੰ, ਅਤੇ ਮੈਂ ਇਹਨਾਂ ਦੀ ਗੱਲਬਾਤ ਸੁਣ ਲਈ, ਉਹ ਪੈਸੇ ਮੰਗਦੀ ਆ LED ਦੇ। ਅਤੇ ਮੈਂ ਕਿਹਾ ਨਹੀਂ ਵੀ LED ਵੀ ਤੇਰੀ ਅਤੇ ਘਰ ਵੀ ਤੇਰਾ, ਬੱਚੇ ਵੀ ਤੇਰੇ, ਤੂੰ ਨਹੀਂ ਕਿਤੇ ਨਹੀਂ ਲੈ ਕੇ ਜਾਣਾ ਗਾ, ਤੂੰ ਮੈਨੂੰ ਦੱਸ ਕੀ ਆ। ਇਹਨੇ ਉਸ ਤੋਂ ਬਾਅਦ ਮੈਨੂੰ ਕਹਿੰਦਾ ਤੂੰ ਨਹੀਂ ਉਹ ਦੇਣੀ ਨਾ, ਅਤੇ ਮੈਨੂੰ ਤੇਰੇ ਗਹਿਣੇ ਵੇਚ ਕੇ ਮੈਂ ਆਊਂਗਾ, ਅਤੇ ਮੈਨੂੰ ਪੈਸੇ ਚਾਹੀਦੇ ਆ। ਉਹ ਜਨਾਨੀ ਕਹਿੰਦੀ ਮੈਨੂੰ ਅਵੀ ਪੈਸੇ ਚਾਹੀਦੇ, ਮੈਨੂੰ ਹੁਣੇ ਚਾਹੀਦੇ ਆ। 10,000 ਤਿੰਨ ਦਿਨ ਪਹਿਲਾਂ ਉਹਨੂੰ ਪਾ ਕੇ ਹਟਿਆ ਸੀਗਾ, ਉਹ ਪੈਸਾ ਖਾਣ ਵਾਲੀ ਜਨਾਨੀ ਆ। ਫਿਰ ਉਹਨੂੰ ਉਸ ਤੋਂ ਬਾਅਦ ਮੈਨੂੰ ਲੜਾਈ ਕੀਤੀ, ਇਹਨੇ ਮੇਰੇ ਨਾਲ ਕੁੱਟਮਾਰ ਕੀਤੀ, ਇਹਨੇ ਮੈਨੂੰ ਖਿੱਚਿਆ ਧੋਇਆ ਅਤੇ ਮੇਰੇ ਭੈਣ ਭਰਾਵਾਂ ਨੇ ਮੈਨੂੰ ਛਡਾਇਆ। ਅਸੀਂ ਕਿਸੇ ਦੇ ਘਰੇ ਜਾ ਕੇ ਆਪਦੀ ਜਾਨ ਬਚਾਈ ਆ, ਇਹਨੇ ਬਾਅਦ 'ਚ ਆ ਕੇ ਮਗਰੋਂ ਚੋਰੀ ਅੱਗ ਲਾਤੀ ਮੇਰੇ ਘਰ ਨੂੰ। ਮੇਰਾ ਇਸ ਟਾਈਮ ਮੇਰੇ ਕੋਲ ਕੁਛ ਨਹੀਂ ਗਾ, ਮੇਰੇ 3 ਬੱਚੇ ਹੀ ਆ ਵੀਰ ਜੀ ਮੇਰੇ ਕੋਲ, ਨਾ ਸੌਣ ਨੂੰ ਤੇ ਭੈਣ ਨੂੰ ਕੁਛ। ਇਹਦੇ ਆਸ਼ਕੀ ਦਾ ਸਿਰ ਤੇ ਭੂਤ ਸਵਾਰ ਸੀਗਾ, ਆਸ਼ਕੀ ਪਿੱਛੇ ਇਹਨੇ ਸਾਰਾ ਕੰਮ ਕੀਤਾ ਇਹ। ਹਾਂਜੀ, ਘਰ ਹੀ ਫੂਕਤਾ ਹੈ, ਕੋਈ ਚਿੰਤਾ ਨਹੀਂ ਕਰਦੀ, ਕੋਈ ਇਹਨੂੰ ਘਰ ਚਿੰਤਾ ਨਹੀਂ ਸੀ, ਇਹਨੇ ਆਸ਼ਕੀ ਬਦਲੇ ਕੀਤਾ ਸਾਰਾ ਕੁਛ। ਮੇਰੀ ਧੀ ਮਟਿਆਰ ਆ, ਮੈਂ ਤਾਂ ਦਾਜ ਬਣਾਇਆ ਸੀ, ਉਹ ਵੀ ਇਹਨੇ ਸਾੜਤਾ ਹੈ, ਸਾਰਾ ਤਬਾਹ ਕਰਤਾ ਇਹ। ਸ਼ਰਾਬ ਪੀ ਕੇ ਸਾਰਾ ਕੁਛ ਕੀਤਾ ਵੀਰ ਜੀ ਇਹਨੇ।
ਉਹ ਜਨਾਨੀ ਪੈਸਾ ਹੀ ਮੰਗੀ ਜਾਂਦੀ, ਪੈਸੇ ਮੰਗੀ ਜਾਂਦੀ, ਕਦੇ ਪੈਸਾ ਲੈ ਕੇ ਦੇ ਮੈਨੂੰ ਥਾਂ ਥੱਥਾ ਲੈ ਕੇ ਦੇ, ਇੱਥੋਂ ਤੱਕ ਅਸੀਂ ਗਰੀਬ ਘਰ ਹਾਂ ਵੀਰ ਜੀ, ਕਿੱਥੋਂ ਦੇਜੇ? ਕਿੰਨੀ ਦੇਰ ਦੇ ਨਜਾਇਜ਼ ਸੰਬੰਧ ਸੀ ਉਹਦੇ ਨਾਲ? ਹੋ ਗਏ ਸੀ ਵੀਰ ਜੀ 3-4 ਮਹੀਨੇ ਹੋਏ ਸੀ ਇਸ ਗੱਲ ਨੂੰ ਉਸੇ ਰਾਨੀ ਨਾਲ। ਹਾਂਜੀ, ਪੈਸਿਆਂ ਦੀ ਮੰਗ ਕਰਦੀ, ਪੈਸਿਆਂ ਦੀ ਮੰਗ ਕਰਦੀ ਸੀ, ਕਹਿੰਦੀ ਮੈਨੂੰ ਪੈਸੇ ਚਾਹੀਦੇ, ਮੈਨੂੰ, ਮੈਂ ਥਾਂ ਥੱਥਾ ਲੈ ਕੇ ਦੇ। ਕਹਿੰਦੀ ਆਪਦੇ ਬੱਚਿਆਂ ਨਾਲ ਤੂੰ ਗੱਲ ਵੀ ਨਹੀਂ ਕਰਨੀ ਫੋਨ ਤੇ, ਨਾ ਤੂੰ ਘਰੇ ਜਾਣਾ, ਨਾ ਤੂੰ ਰੋਟੀ ਪਾਣੀ ਖਾਣਾ। ਉਹਨੇ ਉਹ ਜਾ ਇਹਦੇ ਦਿਮਾਗ ਵਿੱਚ ਬਿਠਾਇਆ ਵੀ ਤੇਰੇ ਘਰ ਦੀ ਤੈਨੂੰ ਮਾਰ ਦੂ, ਤੂੰ ਘਰੇ ਨੀ ਜਾਣਾਗਾ, ਤੂੰ ਮੇਰਾ ਤੇ ਮੇਰਾ ਹੀ ਬਣ ਕੇ ਰਹਿ। ਤੇ ਵੀਰ ਜੀ ਇਹਨੂੰ, ਇਹ ਜਨਾਨੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਆ। ਮੇਰੀ ਹੱਥ ਜੋੜ ਕੇ ਬੇਨਤੀ, ਇਹ ਜਨਾਨੀ ਨੇ ਮੇਰਾ ਘਰ ਸਾਰਾ ਜਾੜਿਆ। ਕਿੰਨੇ ਕੁ ਦਾ ਜਿਹੜਾ ਸਮਾਨ ਤੁਹਾਡਾ ਘਰ ਦਾ ਸੜ ਕੇ ਸਵਾਹ? ਵੀਰ ਜੀ 1.5-2 ਲੱਖ ਦਾ ਮੇਰਾ ਸਮਾਨ ਸੀਗਾ, ਮੇਰੇ ਪੇਕਿਆਂ ਨੇ ਮੇਰੇ ਨੇ ਦਿਹਾੜੀਆਂ ਕਰ ਕਰਕੇ ਮੈਨੂੰ ਦਿੱਤਾ ਸੀਗਾ ਮਸਾਂ। ਹਾਂ, ਸਾਰੇ ਕੱਪੜੇ ਵੀ ਮੇਰੇ ਹਾਰ ਸਿਆਲ ਵਾਲੇ ਸਾਰੇ ਸਾੜ ਤੇ, ਕਦੇ ਤਣ ਦੇ ਕੱਪੜੇ ਵੀ, ਉਹ ਵੀ ਸਾਰੇ ਉਹ ਹੀ ਰਹਿ ਗਏ ਆ, ਕੁਛ ਨੀ ਗਾ। ਮੇਰੀ ਸਰਕਾਰ ਮੂਹਰੇ ਇਹੀ ਬੇਨਤੀ, ਮੇਰੀ ਮੱਧ ਤੋਂ ਮੱਧ ਸਹਾਇਤਾ ਕੀਤੀ ਜਾਵੇ, ਮੇਰੇ 3 ਬੱਚੇ ਮੈਂ ਕਿੱਥੇ ਲੈ ਕੇ ਜਾਊਂਗੀ? ਸਖਤ ਕਾਰਵਾਈ ਹੋਣੀ ਚਾਹੀਦੀ। ਹਾਂਜੀ, ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ, ਦੋਨਾਂ ਤੇ ਹੋਣੀ ਚਾਹੀਦੀ, ਇਕੱਲੇ ਤੇ ਨਹੀਂ ਹੋਣੀ ਚਾਹੀਦੀ, ਨਾਲ ਜਨਾਨੀ ਦੇ ਵੀ ਕੁੱਟਮਾਰ ਹੋਣੀ ਚਾਹੀਦੀ, ਕਿਉਂਕਿ ਇਹਨੇ ਮੇਰਾ ਘਰ ਬਰਬਾਦ ਕੀਤਾ ਹੈ। ਇੱਕ ਔਰਤ ਨੇ, ਹਾਂਜੀ ਇਸ ਔਰਤ ਨੇ ਤੌਰ ਤੇ ਵਿਆਹਤਾ ਹੈ ਗਈ। ਹਾਂਜੀ, ਪਹਿਲਾਂ ਵਿਆਹੀ ਹੈ, ਰੰਡੀ ਆ। ਅੱਛਾ, ਹਾਂਜੀ ਹਾਂਜੀ ਵਿਆਹੀ ਸੀਗੀ। ਹੁਣ ਇਹਦੇ ਤੇ ਸਖਤ ਕਾਰਵਾਈ ਦੀ, ਹਾਂਜੀ ਸਖਤ ਸਖਤ ਕਾਰਵਾਈ ਕੀਤੀ ਚਾਹੀਦੀ ਹੈ ਇਹਦੇ ਤੇ ਵੱਧ ਤੋਂ ਵੱਧ। ਪਹਿਲਾਂ ਸੀ ਵੀ ਆਉਂਦੇ ਸੀ ਸਮਝਾ ਜਾਂਦੇ ਸੀ, ਚਲੋ ਵੀ ਸਮਝ ਜਾਂਦਾ ਸੀ, ਲੈ ਵੀ ਆਉਂਦਾ ਸੀ। ਇਹ ਕਿਤੇ ਮਾੜੀ ਜਨਾਨੀ ਆਸ਼ਕੀ ਦੇ ਵਿੱਚ ਇਹਨੇ ਮੇਰੀ ਧੀ ਦੀ ਕੁੱਟਮਾਰ ਵੀ ਬਹੁਤ ਕੀਤੀ, ਖਿੱਚਿਆ ਤੋਂ ਵੀ ਬਹੁਤ ਕੀਤੀ। ਸਾਨੂੰ ਪਤਾ ਲੱਗਿਆ, ਅਸੀਂ ਦੂਜੇ ਦਿਨ ਆਏ ਜਿੱਦਣ ਅੱਗ ਲੱਗੀ। ਪਹਿਲਾਂ ਮੈਂ 3 ਦਿਨ ਰਹਿ ਕੇ ਗਈ, 4 ਦਿਨ ਉਦੋਂ ਆਇਆ ਨਹੀਂ ਸਾਡਾ ਸੱਦਿਆ। ਕਹਿੰਦਾ ਮੈਂ ਸੋਮਵਾਰ ਨੂੰ ਆਊਂ, ਹਲੇ ਸੋਮਵਾਰ ਨੂੰ ਆਉਣਾ ਸੀ, ਸੋਮਵਾਰ ਇਹਨੇ ਆਉਣ ਨਹੀਂ ਦਿੱਤਾ ਜੀ। ਅੱਗ ਵੀ ਲਾਤੀ ਤੇ ਖਿੱਚਿਆ ਤੋਂ ਸਾਰੇ ਇੱਥੇ ਪਿੰਡ 'ਚ ਵੀ ਕੀਤੀ ਸੜਕ 'ਚ। ਇਹਦੇ ਸਰੀਕੇ ਕਬੀਲੇ ਨੇ ਇਹਨੂੰ ਹਟਾਇਆ। ਮੈਂ ਮਸਾਂ ਸਮਾਨ, ਅਸੀਂ ਬੁੱਢੇ ਠੇਰੇ ਸੀ, ਪਹਿਲਾਂ ਇਹਨਾਂ ਦਾ ਘਰ ਕੱਚਾ ਸੀ, ਕਹਿੰਦੇ ਅਸੀਂ ਲੈਣਾ ਨਹੀਂ ਸਮਾਨ। ਮਗਰੋਂ ਅਸੀਂ ਜੋੜ ਜੋੜ ਕੇ ਇਹਦੇ ਪਿਓ ਨੇ ਦਿਹਾੜੀਆਂ ਕਰ ਕਰਕੇ ਮਸਾਂ ਦਿੱਤਾ ਸੀ। ਹਾਂ, ਦਾਜ ਦਿੱਤਾ ਜੀ। ਹੁਣ ਇਹ ਆਪਦੀ ਬੱਚੀ ਦਾ ਵੀ ਬਣਾਉਣ ਲੱਗੀ, ਆਪਦਾ ਵੀ ਤਾਲ ਪੂਰਾ ਹੋ ਹੀ ਜਾਂਦਾ ਸੀ ਉਹਦੇ ਸਿਰ ਤੇ, ਚਲ ਉਹ ਥੋੜੇ ਵਾਲੇ ਪਾਉਂਦਾ ਸੀ। ਹੁਣ ਇਹਨੂੰ ਜਮਾ ਨੀ ਕਮਾਈ ਦਿੱਤੀ ਜੀ। ਕਿਹਨੂੰ ਦਿੱਤਾ ਜੀ ਕਮਾਈ? ਜੀ ਔਰਤ ਆ ਜਿਹੜੀ, ਸਾਨੂੰ ਤਾਂ ਦੱਸਦੇ ਵੀ ਫਰੀਦਕੋਟ ਦੀ, ਸਾਨੂੰ ਇੱਕ ਹਿਸਾਬ ਨਾਲ ਹਾਂ ਵੀ ਲਾਪਤਾ ਹੀ ਉਸ ਨਾਲ ਸੰਬੰਧ ਰੱਖਦਾ ਸੀ। ਘਰੇ ਜਵਾਕਾਂ ਨੂੰ ਵੀ ਜਦੋਂ ਫੋਨ ਲਾਉਂਦਾ ਸੀ ਗਾਲਾਂ ਵਾਲਾਂ ਕੱਢਦਾ ਸੀ, ਕਹਿੰਦਾ ਸੀ ਮੈਂ ਤੁਹਾਨੂੰ ਮਾਰ ਦਿਆਂਗਾ, ਮੈਂ ਤੁਹਾਨੂੰ ਵੱਢ ਦਿਆਂਗਾ ਇੱਥੇ ਆ ਕੇ, ਜੇ ਮੇਰੀ ਧੀ ਨਾਲ ਗੱਲ ਕਰਨੀ ਕਹਿ ਦੇਣਾ, ਮੇਰੇ ਨਾਲ ਗੱਲ ਕੋਈ ਨਹੀਂ, ਮੇਰੀ ਤਾਂ ਇਹੋ ਹੀ ਹੈ ਪਰਮਜੀਤ ਕੌਰ। ਸਾਨੂੰ ਬਹੁਤ ਤੰਗ ਕੀਤਾ ਇਹਨੇ, ਪਹਿਲਾਂ ਤਾਂ ਅਸੀਂ ਮਹਿਸੂਸ ਨਹੀਂ ਕੀਤਾ, ਜਦੋਂ ਹੁਣ ਅੱਗ ਲਾਤੀ ਸਾਨੂੰ ਇਸ ਗੱਲ ਦੀ ਮਹਿਸੂਸ ਆਈ। ਤੀਜੀ ਵੇਰ ਅੱਗ ਲਾਈ ਹੈ, ਹਾਂਜੀ, ਘਰ ਦਾ ਸਮਾਨ ਫੂਕਦਾ ਸਾਰਾ ਸਾਰਾ ਆਸ਼ਕੀ ਚ। ਸਖਤ ਕਾਰਵਾਈ ਕੀਤੀ ਜਾਵੇ ਦੋਵਾਂ ਜਣਿਆਂ ਤੇ, ਪਰਮਜੀਤ ਕੌਰ ਤੇ ਵੀ, ਹਾਂ ਉਹ ਹਾਂ ਔਰਤ ਤੇ ਵੀ ਹੋਣੀ ਚਾਹੀਦੀ ਹੈ। ਹਾਂ ਇਹਦੀ ਸ਼ੈ ਆ, ਗੱਲਾਂ ਕਹਿੰਦੀ ਸੀਗੀ ਵੀ ਅੱਗ ਲਾ ਕੇ ਤੂੰ ਮੁੜਿਆ ਘਰੋਂ, ਰੋਟੀ ਨਹੀਂ ਖਾਣੀ, ਪਾਣੀ ਨਹੀਂ ਖਾਣਾ, ਆਪਦੀ ਔਰਤ ਦੇ ਮੰਜੇ ਤੇ ਨਹੀਂ ਬਹਿਣਾ, ਰਾਤ ਨਹੀਂ ਕੱਟਣੀ, ਇਹਦੀਆਂ ਗੱਲਾਂ ਮਗਰ ਫੋਨ ਆਉਂਦੇ ਰਹੇ। ਇਹ ਮੇਰੇ ਦਿਓਰ ਨੇ ਅੱਗ ਲਗਾਈ ਹੈ, ਨਜਾਇਜ਼ ਸੰਬੰਧ ਸੀਗੇ ਕਿਸੇ ਔਰਤ ਨਾਲ। ਮੇਰੀ ਭੈਣ ਆ, ਇਹ ਰੋਕਦੀ ਸੀ ਵੀ ਨਾ ਇਸ ਤਰ੍ਹਾਂ ਕਰ, ਉਹ ਇਹਨੂੰ ਕੁੱਟਮਾਰ ਕਰਦਾ ਸੀਗਾ, ਤੇ ਅਸੀਂ ਵੀ ਨਹੀਂ ਰੋਕਦੇ ਸੀ। ਅਸੀਂ ਕਹਿੰਦੇ ਚੱਲ ਦੋਨਾਂ ਜੀਆਂ ਦੀ ਆ ਗੱਲ ਵੀ ਢਕੀ ਰਹੇ। ਇਹਨਾਂ ਨੇ ਕੋਈ ਵੀ ਮੈਨੂੰ ਦੱਸਦੀ ਨਹੀਂ ਸੀ ਮੇਰੀ ਭੈਣ।
ਫਿਰ ਜਦੋਂ ਉਹਦੇ ਸਿਰ ਤੋਂ ਦੀ ਪਾਣੀ ਲੰਘਿਆ ਉਹਨੇ ਦੱਸਿਆ ਵੀ ਇਹਦੇ ਨਾਲ ਸੰਬੰਧ ਆ ਕਿਸੇ ਜਨਾਨੀ ਦੇ, ਤੇ ਉਸ ਕਰਕੇ ਅਸੀਂ ਵੀ ਆਖਿਆ ਚੱਲ ਕੋਈ ਗੱਲ ਨੀ, ਸਮਝਾਇਆ ਸਾਡੇ ਘਰਦਿਆਂ ਨੇ ਸਾਰਿਆਂ ਨੇ, ਕੋਈ ਨੀ ਤੁਹਾਡੇ ਦੋਨਾਂ ਦੇ ਵਿੱਚ ਆ, ਤੁਸੀਂ ਦੋਨੇ ਨਵੇੜੋ ਗੱਲ। ਇਹਨੇ ਕਿਸੇ ਦੀ ਨੀ ਸੁਣੀ, ਇਹਨੇ ਸ਼ਰਾਬ ਪੀ ਕੇ ਕੁੱਟ ਮਾਰ ਕਰਦਾ ਸੀ, ਫਿਰ ਉਹ ਜਾ ਕੇ ਕਿਸੇ ਦੇ ਘਰੇ ਲੁਕੀ। ਅਸੀਂ ਵੀ ਨੀ ਆਖਿਆ ਵੀ ਸਾਡੇ ਘਰ ਆ ਜਾ, ਅਸੀਂ ਆਖਿਆ ਸਾਡੇ ਗੱਲ ਪਊਗਾ, ਸਾਡੇ ਵੀ ਗੱਲ ਪੈਂਦਾ, ਉਹ ਸਾਡੇ ਵੀ ਖਿੱਚ ਮਾਰ ਕਰਦਾ, ਤੂੰ ਕਰਦਾ ਵੀ ਖੁਰਦਾ ਮਾਰਦਾ, ਹਾਂਜੀ ਸ਼ਰਾਬ ਪੀਂਦਾ ਉਹ। ਤੇ ਉਹਦੇ ਕਰਕੇ ਇਹਨੂੰ ਅਸੀਂ ਬਚਾਇਆ ਤੇ ਫਿਰ ਘਰ ਦੇ ਵਿੱਚ ਅੱਗ ਲਾ ਕੇ ਰਾਤ ਨੂੰ ਗਿਆ ਚਲਾ। 8:02 ਤੇ ਇਹਨੇ ਅੱਗ ਲਾਈ ਆ, ਸਾਨੂੰ ਨੀ ਪਤਾ ਲੱਗਾ ਪਿਆ ਨੂੰ, ਅਸੀਂ ਆਪਦੇ ਘਰ ਵਿੱਚ ਹੀ ਸੀਗੇ ਵੀ ਕਿੱਥੇ ਅੱਗ ਲੱਗੀ। ਸਾਨੂੰ ਗਵਾਂਢੀ ਨਿਕਲੇ, ਉਹਨਾਂ ਨੇ ਦੱਸਿਆ ਵੀ ਤੁਹਾਡੇ ਘਰ ਵਿੱਚ ਅੱਗ ਲਾ ਕੇ ਭੱਜ ਗਿਆ। ਹਾਂਜੀ ਇਹਦਾ ਪਰਿਵਾਰ ਪਾਸੇ ਸੀਗਾ, ਅਸੀਂ ਹਾਂਜੀ 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 ਜੇ ਸੁੱਤਾ ਹੁੰਦਾ ਨੁਕਸਾਨ ਹੋ ਜਾਂਦਾ। ਕਹਿੰਦਾ ਸੀ ਮੈਂ ਇਹਨਾਂ ਨੂੰ ਮਾਰ ਦੇਣਾ, ਇਹਨਾਂ ਉੱਤੇ ਆਹ ਪਾ ਦੇਣਾ, ਪੈਟਰੋਲ ਪਾ ਦੇਣਾ, ਤੇਜ਼ਾਬ ਪਾ ਦੇਣਾ, ਇਹਨਾਂ ਨੂੰ ਆਸ਼ਕੀ ਦਾ ਭੂਤ ਸਵਾਰ ਸੀ ਜੀ ਉਹਦੇ ਤੇ, ਬਸ ਆਸ਼ਕੀ ਦੇ ਵਿੱਚ ਡੁੱਬਿਆ ਹੋਇਆ ਸੀ। ਉਸ ਔਰਤ ਨੇ ਆਪਦੇ ਵਿੱਚ ਪਤਾ ਨੀ ਕਿਹੜੇ ਜਾਲ ਚ ਫਸਾਇਆ ਹੋਇਆ। ਹਾਂਜੀ ਘਰ ਪਰਿਵਾਰ ਨੂੰ ਚੰਗਾ ਨੀ ਸਮਝਦਾ, ਬੱਚਿਆਂ ਨੂੰ ਧੱਕੇ ਮਾਰਦਾ ਸੀਗਾ, ਕੋਈ ਉਹਨਾਂ ਬਾਰੇ ਸੋਚਦਾ ਹੀ ਨੀ ਸੀਗਾ ਵੀ ਕੀ ਆ। ਕਾਨੂੰਨੀ ਉਹਦੇ ਤੇ ਕਾਰਵਾਈ ਬਹੁਤ ਸਖ਼ਤ ਸਖ਼ਤ ਹੋਣੀ ਚਾਹੀਦੀ ਆ ਉਹਨਾਂ ਦੋਨਾਂ ਤੇ। ਹਾਂਜੀ ਔਰਤ ਤੇ ਵੀ, ਪਰਮਜੀਤ ਤੇ ਵੀ ਤੇ ਕੁਲਦੀਪ ਸਿੰਘ ਤੇ ਵੀ। ਸਾਡੇ ਕੋਲ ਇੱਕ ਕਰਮਜੀਤ ਕੌਰ ਨਾਮ ਦੀ ਲੇਡੀ ਪ੍ਰੀਤਮਲ ਦੇਹਲੀ ਦੀ ਆਈ ਹੈ, ਉਹਨੇ ਕੰਪਲੇਂਟ ਕੀਤੀ ਕਿ ਉਹਦਾ ਘਰ ਵਾਲਾ ਜਿਹੜਾ ਕੁਲਦੀਪ ਸਿੰਘ ਪੁੱਤਰ ਅਜੀਤ ਸਿੰਘ, ਇਹਦੀ 40 ਸਾਲ ਉਮਰ ਆ, ਉਹਦੇ ਕਿਸੇ ਔਰਤ ਨਾਲ ਸੰਬੰਧ ਸੀ, ਉਹਦੀ ਘਰਵਾਲੀ ਇਸੇ ਗੱਲ ਤੋਂ ਕਲੇਸ਼ ਕਰਦੀ ਸੀ। ਇਹ 13:04 ਦੀ ਰਾਤ ਨੂੰ 9:30 ਉਹ ਘਰੋਂ ਡਰਦੇ ਹੋਏ ਪਾਸੇ ਚਲੇ ਗਏ ਵੀ ਕੁੱਟਮਾਰ ਨਾ ਕਰੇ, ਇਹਨੇ ਘਰ ਆਪਣੇ ਘਰ ਨੂੰ ਹੀ ਅੱਗ ਲਾ ਦਿੱਤੀ, ਕਾਫੀ ਸਾਰਾ ਜਿਹੜਾ ਸਮਾਨ ਦਾ ਸੜ ਗਿਆ। ਅਸੀਂ ਉਹਦੇ ਜਿਹੜੀ ਲੇਡੀ ਹੈ ਕਰਮਜੀਤ ਕੌਰ ਉਹਦੀ ਸਟੇਟਮੈਂਟ 'ਤੇ ਇਹਦੇ ਕੁਲਦੀਪ ਸਿੰਘ ਦੇ ਖਿਲਾਫ FIR ਨੰਬਰ 58 ਦਰਜ ਕੀਤੀ ਹੈ, ਇਹਨੂੰ ਅਸੀਂ ਅਰੈਸਟ ਕਰ ਲਿਆ। ਹਾਂਜੀ ਫਿਲਹਾਲ ਤਫਤੀਸ਼ ਜਾਰੀ ਹੈ।